ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ। ਮੈਂ ਜਗਮੀਤ ਬਰਾੜ ਅਤੇ ਦੋਸਤੋ ਕਰਦੇ ਹਾਂ ਅੱਜ ਦੇ ਸ਼ਾਨਦਾਰ ਵਲੌਗ ਦੀ ਸ਼ੁਰੂਆਤ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਹੈਲਥ ਦੇ ਲਈ, ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਰੋਜ਼ ਡੇਲੀ 1 ਘੰਟਾ ਐਕਸਰਸਾਈਜ਼ ਕੀਤੀ ਜਾਵੇ। ਸੋ ਮੈਂ ਵਾਕ ਕਰ ਰਿਹਾ, ਦੇਖੋ ਬਹੁਤ ਹੀ ਸੋਹਣਾ ਵਾਤਾਵਰਨ ਆ, ਕੁਦਰਤ ਦੇ ਨਜ਼ਾਰੇ, ਸੋ ਗ੍ਰੀਨਰੀ ਆ ਕਲੋਨੀ ਦੇ ਵਿੱਚ ਪੂਰੀ, ਅਤੇ ਵਾਹਿਗੁਰੂ ਦੀ ਫੁੱਲ ਕਿਰਪਾ ਜੀ, ਵਾਹਿਗੁਰੂ ਦੇ ਆਸ਼ੀਰਵਾਦ ਦੇ ਨਾਲ ਹੈ ਨਾ ਬੰਦਾ ਉੱਠਦਾ ਸਵੇਰੇ। ਸੋ ਐਕਸਰਸਾਈਜ਼ ਕਰੀਦੀ ਆ, ਅਤੇ ਐਕਸਰਸਾਈਜ਼ ਆ ਜਿਹੜੀ ਉਹ ਆਪਣੀ ਸਿਹਤ ਨੂੰ ਬਹੁਤ ਵਧੀਆ ਬਣਾਉਂਦੀ ਹੈ। ਸੋ ਤੁਸੀਂ ਵੀ ਕੋਸ਼ਿਸ਼ ਕਰੋ ਕਿ ਆਪਦੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦਾ ਧੰਨਵਾਦ ਕਰਕੇ ਅਤੇ ਨਾਲ ਦੀ ਨਾਲ ਅਰਦਾਸ ਕਰਦੇ ਹੋਏ ਐਕਸਰਸਾਈਜ਼ ਜ਼ਰੂਰ ਕਰੋ। ਉੱਠਣ ਸਾਰ ਪਾਣੀ ਦਾ ਗਲਾਸ ਪੀਓ ਅਤੇ ਵਾਹਿਗੁਰੂ ਨੂੰ ਯਾਦ ਕਰੋ। ਸੋ ਤੁਹਾਡਾ ਜੀਵਨ ਜ਼ਰੂਰ ਬਦਲੂਗਾ, ਘੈਂਟ ਗੱਲਬਾਤ ਹੋ ਜਾਣੀ ਆ। ਸੋ ਚਲੋ ਜੀ, ਦਿਨ ਦੀ ਸ਼ੁਰੂਆਤ ਹੋ ਗਈ ਆ, ਸਾਰਾ ਦਿਨ ਕਰਦੇ ਥੋੜ੍ਹਾ ਗੱਲਾਂ ਬਾਤਾਂ। ਲੈਪਟੋਪ ਲੈਣ ਆਏ ਹਾਂ ਅਤੇ ਚਾਹ ਪੀ ਰਹੇ ਹਾਂ, ਆ ਰਿਹਾ ਪੀਸ ਵੀ, ਅਤੇ ਡੈੱਲ ਦਾ ਨਾ ਲਾਲੀ, ਡੈੱਲ ਦਾ ਲਾਲੀਆਂ ਦਾ ਵੀ ਡੈੱਲ ਦਾ ਹੀ ਲਈਏ ਲੈਪਟੋਪ। ਪਹਿਲਾਂ ਸਾਡੇ ਕੋਲ ਇੱਕ ਹੋਰ ਆ, ਦੇਖ ਲਓ ਸ਼ੋਪ 'ਤੇ ਬੈਠੇ ਜੀ। ਚਾਹ ਲਾਲੀ ਕਿਵੇਂ ਲੱਗ ਰਹੀ ਆ? ਸਪੈਸ਼ਲ ਚਾਹ। ਲਓ ਜੀ, ਆਪਣਾ ਲੈਪਟੋਪ ਆ ਗਿਆ। ਆ ਗਿਆ ਵੀ ਜਵਾਨਾ, ਇੰਨਾ ਟਾਈਮ ਲੱਗ ਗਿਆ? ਚਲੋ ਮਿਲ ਗਿਆ, ਕਰੋ ਜੀ। ਲਓ ਜੀ, ਆਪਣਾ ਲੈਪਟੋਪ ਆ ਗਿਆ, ਕਰਦੇ ਹਾਂ। ਲਓ ਜੀ, ਇਹ ਸਾਡੇ ਡੈੱਲ ਦੇ ਹੈਗੇ ਆ ਮੈਨੇਜਰ ਸਾਹਿਬ, ਸੇਲਸ ਮੈਨੇਜਰ, ਸਟੋਰ ਮੈਨੇਜਰ, ਸਟੋਰ ਮੈਨੇਜਰ, ਠੀਕ ਹੈ ਜੀ। ਸਾਨੂੰ ਵੀਰੇ ਕਿਹੜਾ ਲੈਪਟੋਪ ਦੇਣ ਲੱਗੇ ਹੋ ਅੱਜ? ਸਰ ਨੂੰ ਦੇ ਰਿਹਾ ਸਰ ਗੇਮਿੰਗ ਜੀ ਸੀਰੀਜ਼ G3, ਜੀ ਸੀਰੀਜ਼ ਦਾ G3 ਮਾਡਲ ਦੇ ਰਹੇ ਹਾਂ, i5। ਠੀਕ ਹੈ ਜੀ, ਜਿਹੜਾ ਆਪਣੇ ਆਪ 'ਚ ਇੱਕ ਬਹੁਤ ਹੀ ਸੁਪਰ ਫਾਸਟ ਮਾਡਲ ਹੈ। ਇਸ ਮਾਡਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਹਦੇ ਵਿੱਚ ਹੈਵੀ ਗ੍ਰਾਫਿਕ ਕਾਰਡ ਹੁੰਦਾ, 4GB ਦਾ GTX 1650, ਕਿਉਂਕਿ ਸਾਨੂੰ ਐਡੀਟਿੰਗ ਲਈ ਚਾਹੀਦਾ ਮੇਨ। ਸੋ ਵੀਰੇ ਨੇ ਸਾਨੂੰ ਇਹੀ ਸੁਜੈਸਟ ਕੀਤਾ, ਪਹਿਲਾਂ ਅਸੀਂ PC ਲੈਣਾ ਚਾਹੁੰਦੇ ਸੀਗੇ, ਪਰ ਬਾਈ ਕਹਿੰਦਾ ਯਾਰ ਤੁਸੀਂ ਲੈਪਟੋਪ ਲਓ। ਪਹਿਲਾਂ ਮੇਰੇ ਕੋਲ 2 ਲੈਪਟੋਪ ਡੈੱਲ ਦੇ ਆ ਜੀ। ਠੀਕ ਹੈ, ਗੁੱਡ ਹੈ ਜੀ। ਹਾਂ, ਮੈਂ ਸ਼ੁਰੂ ਡੈੱਲ ਤੋਂ ਕੀਤਾ ਸੀ ਜਦੋਂ ਮੈਂ BCA ਕਰਦਾ ਸੀ ਨਾ, 2009 ਦੇ ਵਿੱਚ ਮੈਂ ਲਿਆਂਦਾ ਸੀ। ਸਰ ਯੂ ਕੈਨ ਸੇ ਇਹ ਪ੍ਰੋਫੈਸ਼ਨਲ ਲੈਪਟੋਪ ਹੈ, ਯੂ ਕੈਨ ਡੂ ਐਵਰੀਥਿੰਗ, ਤੁਹਾਨੂੰ ਕਦੇ ਵੀ ਕੋਈ ਸਮੱਸਿਆ ਨਹੀਂ ਆਏਗੀ ਇਹਦੀ ਸਪੀਡ ਵੱਲੋਂ, ਇਹਦੀ ਪਰਫਾਰਮੈਂਸ ਵੱਲੋਂ, ਪਲੱਸ ਬੋਡੀ ਵੀ ਇਹਦੀ ਮੈਟਲ ਦੇ ਵਿੱਚ ਹੈ। ਹਾਂਜੀ ਹਾਂ, ਹਰ ਇੱਕ ਬੰਦੇ ਨੇ ਜੀਰੋ ਸ਼ੁਰੂ ਕੀਤਾ ਹੁੰਦਾ, ਬਟ ਇਹ ਹੁੰਦਾ ਵੀ ਨਾ ਹਰ ਇੱਕ ਬੰਦੇ ਦੇ ਵਿੱਚ ਵੱਖਰੀ ਵੱਖਰੇ ਗੁਣ ਹੁੰਦੇ ਨੇ, ਉਹ ਨਾ ਮਾਰਕੀਟ ਦੇ ਵਿੱਚ ਰਹਿ ਕੇ ਨਿਕਲਦੇ ਨੇ। ਮੈਂ ਤਾਂ ਹਰ ਯੂਥ ਨੂੰ ਵੀ ਇਹੀ ਕਹੂੰਗਾ ਜੋ ਸਟੱਡੀ ਕਰ ਰਹੇ ਨੇ, ਕੋਈ MBA ਕਰ ਰਹੇ ਨੇ, ਆਪਣੇ ਅੰਦਰਲਾ ਟੈਲੈਂਟ ਕੱਢੋ, ਦੂਜੇ ਦੀ ਨਕਲ ਨਾ ਕਰੋ। ਜੋ ਤੁਹਾਡੇ ਅੰਦਰ ਟੈਲੈਂਟ ਹੈ ਤੁਸੀਂ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਆਓਗੇ, ਤੁਸੀਂ ਸਕਸੈਸ ਹੋਵੋਗੇ। ਸਹੀ ਗੱਲ ਹੈ, ਜੇ ਤੁਸੀਂ ਕਿਸੇ ਹੋਰ ਦੀ ਨਕਲ ਕਰੋਗੇ ਜਾਂ ਕਿਸੇ ਦੀ ਵੀ ਨਕਲ ਕਰਕੇ ਤੁਸੀਂ ਅੱਗੇ ਵਧੋਗੇ, ਤੁਸੀਂ ਕਦੇ ਨਹੀਂ ਵੱਧ ਸਕੋਗੇ। ਤੁਸੀਂ ਆਪਣਾ ਟੈਲੈਂਟ ਇੱਕ ਵੱਖਰਾ ਲੈ ਕੇ ਆਓ ਮਾਰਕੀਟ ਦੇ ਵਿੱਚ। ਨਹੀਂ, ਸਹੀ ਗੱਲ ਹੈ ਜੀ, ਜਿਹਦੇ ਕਰਕੇ ਤੁਹਾਡੀ ਜਿਹੜੀ ਅੱਛੀ ਹੋ ਜਾਏਗੀ। ਬਿਲਕੁਲ ਜੀ, ਬਿਲਕੁਲ, ਕਿਉਂਕਿ ਜੇ ਬੋਲਣਗੇ ਤਾਂ ਹੀ ਕੋਈ ਸਿੱਖਣਗੇ ਨਾ ਜੀ, ਫਿਰ ਹੀ ਪਤਾ ਲੱਗਦਾ ਵੀ ਕੀ ਕਰਨਾ। ਬਿਲਕੁਲ ਬਿਲਕੁਲ, ਮੈਂ ਵੀ ਜਦੋਂ ਕਾਲਜ ਪੜ੍ਹਾਉਂਦਾ ਰਿਹਾ ਇਹੀ ਗੱਲਾਂ ਅਕਸਰ ਹੀ ਕਰਦੇ ਹੁੰਦੇ ਸਟੂਡੈਂਟਸ ਨਾਲ, ਪਰ ਬੱਚੇ ਅੱਜ ਕੱਲ੍ਹ ਥੋੜ੍ਹੇ ਸਿਆਣੇ ਜ਼ਿਆਦਾ ਹੋ ਗਏ, ਘੱਟ ਸੁਣਦੇ। ਅਗਲਾ ਕਹਿੰਦਾ ਮੈਨੂੰ ਪਤਾ, ਪਹਿਲਾਂ ਟੀਚਰ ਦੀ ਰਿਸਪੈਕਟ ਬਹੁਤ ਹੁੰਦੀ ਸੀਗੀ। ਟੀਚਰ ਦੀ ਬਿਲਕੁਲ ਰਾਈਟ ਹੈ, ਮੈਂ ਤੁਹਾਡੀ ਗੱਲ ਐ ਕਰੀ ਹਾਂ, ਕਿਉਂਕਿ ਜੋ ਆਪਾਂ ਨੂੰ ਗੁਰੂ ਸਮਝਾ ਸਕਦੇ ਨਾ, ਹੁਣ ਅਸੀਂ ਵੀ ਕੋਲ ਜਾ ਕੇ ਪੜ੍ਹੇ ਹਾਂ, ਪੂਰੇ ਵਰਲਡ ਇੰਡੀਆ ਦੇ ਵਿੱਚ ਅਸੀਂ ਕੰਮ ਕਰ ਚੁੱਕੇ ਹਾਂ, ਹਰ ਇੱਕ ਕੰਪਨੀਆਂ ਦੇ ਵਿੱਚ, ਮਲਟੀ ਨੈਸ਼ਨਲ ਕੰਪਨੀਆਂ, ਨੈਸ਼ਨਲ ਕੰਪਨੀਆਂ ਦੇ ਵਿੱਚ ਅਸੀਂ ਕੰਮ ਕਰਦੇ ਐਟ ਪ੍ਰੈਜੈਂਟ, ਮੈਂ ਡੈਵਲਪ ਇੰਟਰਨੈਸ਼ਨਲ ਕੰਪਨੀ ਦੇ ਵਿੱਚ ਹਾਂ। ਹਾਂਜੀ ਹਾਂਜੀ, ਸੋ ਗੁਰੂ ਦਾ ਸਿੱਖਣਾ ਪੈਂਦਾ, ਗੁਰੂ ਨੂੰ ਸਮਝੋ, ਉਸ ਗੁਰੂ ਨੂੰ ਪਰਖੋ, ਗੁਰੂ ਕੀ ਕਹਿ ਰਿਹਾ, ਚੀਜ਼ਾਂ ਨੂੰ ਪੁਆਇੰਟ ਨੂੰ ਖਿੱਚੋ ਵੀ ਕੀ ਆ ਚੀਜ਼ਾਂ, ਹੈ ਨਾ, ਇਹ ਲਾਈਫ ਦੇ ਵਿੱਚ ਬਹੁਤ ਮੈਟਰ ਕਰਦੀਆਂ ਨੇ। ਗੁਰੂ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਭਾਜੀ, ਬਿਨਾਂ ਗੁਰੂ ਤੋਂ ਕੋਈ ਨਹੀਂ ਹੈਗਾ। ਹੁਣ ਦੇਖੋ ਬੱਚੇ ਟ੍ਰੇਨਿੰਗ ਲੈਣ ਆਉਂਦੇ ਨੇ, ਹੈ ਨਾ, ਨਵੇਂ ਨਵੇਂ ਮੁੰਡੇ ਟ੍ਰੇਨਿੰਗ ਲੈਣ ਆਉਂਦੇ ਨੇ, ਮੈਂ ਉਹਨਾਂ ਨੂੰ ਪਹਿਲਾਂ ਦੀ ਨਹੀਂ ਕਹਿੰਦਾ ਹੁੰਦਾ ਵੀ ਬਸ ਤੁਸੀਂ ਬਣ ਜਾਓ ਕਸਟਮਰ ਨਾਲ ਗੱਲ ਕਰੋ। ਦੇਖੋ ਨਾ ਤਾਂ ਕਸਟਮਰ ਨੂੰ ਟੈਕਨੋਲੋਜੀ ਬਾਰੇ ਪਤਾ ਹੈ ਜੀ, ਗੱਲ ਬਿਲਕੁਲ ਸਹੀ, ਜਿੱਦਾਂ ਦਾ ਕਸਟਮਰ ਹੈ ਉਦੋਂ ਦਾ ਹੀ ਬਣ ਜਾਓ। ਆਪਣੇ ਆਪ ਨੂੰ ਤੁਸੀਂ ਜ਼ਿਆਦਾ ਸਿਆਣੇ ਨਾ ਸਮਝੋ ਵੀ ਹਾਂ ਅਸੀਂ ਬਹੁਤ ਸਿਆਣੇ ਹਾਂ, ਨਾ ਚੀਜ਼ਾਂ ਸਹੀ ਗੱਲ ਹੈ, ਕਸਟਮਰ ਜਿੱਦਾਂ ਦਾ ਹੈਗਾ ਉਦੋਂ ਦਾ ਕਸਟਮਰ ਉਦੋਂ ਦਾ ਹੋ ਜਾਓ, ਤੁਸੀਂ ਜ਼ਿੰਦਗੀ ਸਕਸੈਸ ਹੋ, ਹੈ ਨਾ। ਜਿਵੇਂ ਤੁਸੀਂ ਬਾਈ ਜੀ ਗੁਰੂ ਦੀ ਗੱਲ ਕੀਤੀ, ਗੁਰੂ ਤੋਂ ਸਿੱਖਣ ਦੀ ਲੋੜ ਆ, ਤਾਂ ਇੱਕ ਬਾਈ ਨੂੰ ਕਾਲ ਆ ਰਹੀ ਆ, ਤੇ ਗੱਲ ਕੀ ਸੀਗੀ ਕਿ ਦੋ ਭਲਵਾਨ ਹੁੰਦਾ ਕੋਈ, ਤੇ ਭਲਵਾਨ ਨਹੀਂ ਸਿੱਖਦਾ ਆਪਦੇ ਗੁਰੂ, ਸੁਣੀ ਤੁਸੀਂ ਗੱਲ ਵੀ, ਉਹ ਭਲਵਾਨ ਨਹੀਂ ਸਿੱਖਦਾ, ਗੁਰੂ ਨੇ ਸਿਖਾ ਦੇ ਸਾਰੇ ਗੁਰ ਦੇ ਤੇ, ਤੇ ਹੌਲੀ ਹੌਲੀ ਉਹ ਵੀ ਬੜੀ ਭਲਵਾਨੀ ਕਰਨ ਲੱਗ ਪਿਆ, ਦੁਨੀਆ 'ਚ ਨਾਂ ਹੋ ਗਿਆ ਉਹਦਾ, ਤੇ ਫਿਰ ਇੱਕ ਵਾਰੀ ਕਿਸੇ ਨੇ ਖਾੜਾ ਰੱਖ ਲਿਆ ਵੀ 1 ਕਰੋੜ ਰੁਪਏ ਦੀ ਸ਼ਰਤ ਆ ਵੀ ਜੇ ਤੂੰ ਆਪਦੇ ਗੁਰੂ ਨੂੰ ਹਰਾ ਦਾ ਤਾਂ 1 ਕਰੋੜ ਰੁਪਇਆ ਮਿਲੂਗਾ, ਤੇ ਗੁਰੂ ਦਾ ਪਿਆਰ ਸੀਗਾ,
गुरु कहता यार भी चल क्यों भी तू मेरे चेला भी तेरे इन्हें प्यार ना सिखाया भी छ यार क्यों भूलना आप कहता यार करोड़ रुपया मिलना मैं गुरु मारो चक के बुढ़े जी की आगे लग गया खड़ा हो गया जी जो सारी दुनिया कट्ठी होगी क्योंकि गुरु भी बहुत ज्यादा हंडिया होया जी बहुत चलो जी भलवानी होने लग पी पहला बहुत जोर जोर गुरु ने कुछ नहीं किया ढाया नहीं गया मुंडे तो गुरु ने कहना क्यों पुत ला लिया जोर आना हाँ जी उन्हें माड़ा जा मारिया दस के ढुकी लवा दी गुरु ने कहता आपने अरे कमाल की गल गुरु जी यार तुम मैंने आता सिखाए नहीं अरे पुत इसे दिन ही रखा जी दस्यो तुहानू गल्लां बातां किवें लग रहियां ते कमेंट जरूर करो फिर जदों लैपटॉप आ गया तुहानू पूरा दिखाउणे आ चलो जी ਕਰ ਲੈ ਤਾਂ ਚੰਡੀਗੜ੍ਹ ਸਮਝ ਨਹੀਂ ਹੋ लो जी बैग की जैप थोड़ी जी आ गई प्रॉब्लम दे विच कलर इहदा ब्लैक ही आ ना ये हाँ ये तो मिलूगा अगे भी अपने को हैगा जैक दो हो गए लो जी न्यू बैग हो गया पैक नहीं नहीं टेराबाइट का होगा हाँ पाता चार्जर वगैरह आ भी पा दो जी वो तो नहीं पैना अपना बेच ना वो तो अड्डी रख लेने कोई गल नहीं लैपटॉप अभी खरीद लिया कोई गल नहीं लाली का मूँह लाल हो गए पर धुप हैगी ज़्यादा कोई गल नहीं तो लो जी लैपटॉप अभी रख लिया खरीद के ये लैपटॉप अभी खास तौर पर लिया क्योंकि अपना ऑफिस नवा रेडी हो गया पहला एक लैपटॉप सी एडिटिंग बंदा है ना जो उन्होंने फिर लैपटॉप की भी लड़ा पहले कंप्यूटर का सोचते थे पर कंप्यूटर का कोई ज़्यादा नहीं क्योंकि ईजी टू कैरी है कितने भी लैके जाना बंदा लैके जा सकता सो तो करके लैपटॉप है बट यह मैं लैपटॉप बहुत वधिया लग्या सिरा ही लगे गलबात है ना उपरले लैवल की गल वधिया लैपटॉप है घेंट सो चलते हैं जी हुण असी ऑफिस चेयर लैनी आ ओ लैने चल के तुहानू दिखावांगे फिर कुछ खावा पीवांगे लाली की खावांगे दस जो मिल गया राह चलो देखते हुण किहड़ा चलते हैं जी तुहानू दिखाउणे कुर्सियां कर्सियां लै आ आ पिया समान ते लैपटॉप दे कोले आ लाली हुण असी छकन लगे आ मैकडोनल बर्गर क्यों भी ਲੈ ਵੀ ਲਾਲੀ ਨਾਲ ਫਰਾਈਜ਼ ਵੀ ਲਾਲੀ ਐਂਡ ਐਂ ਦੱਸੋ ਥੋੜਾ ਜੋ ਕਿਹਦਾ ਕਿਹਦਾ ਫੇਵਰੇਟ ਆ ਸਾਰਾ ਨਹੀਂ ਹੋਣਾ ਹਾਂ ਕਮੈਂਟ ਕਰਿਓ ਲਾਲੀ ਛਾ ਕੇ ਦੱਸੀ ਫਿਰ ਦੇ ਰਿਵਿਊ ਕਿਵੇਂ ਲੱਗਿਆ ਲਓ ਜੀ ਘੈਂਟ ਪਤਾ ਕੀ ਸਾਰਿਆਂ ਨੂੰ ਲੱਕੜੀ ਕਿਵੇਂ ਹੁੰਦਾ ਹਾਂ ਹਾਂ ਸਵਾਦ ਹੀ ਹੁੰਦਾ ਹਨ ਭੁੱਖ ਬਹੁਤ ਲੱਗੀ ਭੁੱਖ ਵੀ ਬਹੁਤ ਲੱਗੀ ਆਈ ਸਾਨੂੰ ਕਿਉਂਕਿ ਸਮਾਨ ਅਸੀਂ ਖਰੀਦਣਾ ਸੀਗਾ ਇੱਕ ਤਾਂ ਲੈਪਟਾਪ ਲੈ ਕੇ ਆਉਣਾ ਸੀ ਤੁਹਾਨੂੰ ਦੱਸਿਆ ਜਿਵੇਂ ਡੈਲ ਦਾ ਲੈਪਟਾਪ ਲੈ ਕੇ ਆਂਦਾ ऑफिस चेयर लैके आने अभी कार च ही लद ली एक पिछे पई है अजे तक तो अभी कुछ नहीं खाते लगभग चार साढ़े चार का टाइम हो गया लाली लाली चार तो की टाइम है यार मैं तेना पांच बजने वाले पांच बजने वाले हो गए अच्छा पांच बजने वाले हो गए जी अभी कुछ भी नहीं खाता छको जी क्या जरूरत है हाँ एक सू चाह पिया उन्होंने स्पेशल वैसे तो हेल्दी डाइट खानी चाहिए आ ਪਰ ਸਾਡੇ ਕੋਲੇ ਆਪਸ਼ਨ ਹੀ ਇਹ ਸੀ
ਹੈਲਦੀ ਵੀ ਬਰੀ ਸਬਜ਼ੀ ਖਾਦੀਆਂ ਸਬਜ਼ੀਆਂ ਵਿੱਚ ਖਾਸ ਗੱਲ ਨਹੀਂ ਭਟੂਰੇ ਖਾ ਕੇ ਭਟੂਰੇ ਵਾਲਾ ਕੰਮ ਹੋ ਜਾਣਾ ਆਪਣਾ ਨਹੀਂ ਅਸੀਂ ਕੱਲ੍ਹ ਪਰਸੋਂ ਕੱਲ੍ਹ ਹੀ ਰਾਤ ਭਟੂਰੇ ਵੀ ਖਾ ਕੇ ਗਏ ਹਾਂ ਅਸੀਂ ਲੇਟ ਬਹੁਤ ਹੋ ਗਏ ਸੀ ਦਲਵੀਰ ਵੀ ਆ ਗਿਆ ਕੁਦਰਤੀ ਰਾਹ ਜਾਂਦਾ ਸੀ ਇਸਨੂੰ ਫੜ ਲਿਆ ਨੇ ਉਸ ਕਿ ਆ ਜਾ ਆਹ ਕੁਰਸੀਆਂ ਤਿੰਨ ਆਹ ਆਪਣਾ ਲੈਪਟਾਪ ਆ ਇਹ ਤਾਂ ਇਹ ਗੱਲ ਯੇ ਮੈਂ ਹੂੰ ਯੇ ਮੇਰੀ ਗਾੜੀ ਹੈ ਯੇ ਪਾਰਟੀ ਹੋ ਰਹੀ ਹੈ ਯੂ ਵੀ ਪਾਰਟੀ ਹੋ ਰਹੀ ਕਰੀ ਓਏ ਇਹਦੇ 'ਚ ਇੱਕ ਬਹੁਤ ਵਧੀਆ ਆਈਟਮ ਆ ਕੱਢ ਕੇ ਦੇਖ ਲੈਪਟਾਪ 'ਚ ਕੋਈ ਚੱਕਰ ਨਹੀਂ ਲਓ ਜੀ ਆਫਿਸ ਵੀ ਲਗਭਗ ਰੈਡੀ ਆ ਆਪਣਾ ਪਹਿਲਾਂ ਲੈਬ 'ਚ ਆ ਜਾਓ ਮੁੰਡਿਓ ਆ ਜਾਓ ਵੀ ਆ ਗਿਆ ਯੂ ਵੀ ਲਿਆ ਚੱਲ ਪੁੱਤ ਆ ਜਾ ਆਫਿਸ 'ਚ ਆ ਜਾ ਆ ਲਓ ਆ ਜਾ ਦੁੱਲੇ ਤੂੰ ਵੀ ਲਓ ਜੀ ਯੂ ਵੀ ਚੱਲਿਆ ਆਫਿਸ ਦੇ ਵਿੱਚ ਲੈਪਟਾਪ ਲੈ ਕੇ ਚਲੋ ਯੂ ਵੀ ਗਾਇਸ ਹੁਣ ਆਪਾਂ ਦੇਖਾਂਗੇ ਸਟੈਂਡ ਕਿਵੇਂ ਹੁੰਦਾ ਇਹਦਾ ਟੈਸਟਿੰਗ ਕਰਕੇ ਹੁਣ ਆ ਜਾ ਹਾਂ 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 ਟੈਸਟਿੰਗ ਕਰਕੇ ਕੀ ਲੱਗਦਾ ਕਰਦਾ ਵਾ ਰੱਖੋ ਗਾਇਸ ਰੱਖਿਆ ਲਓ ਜੀ ਸੋ ਗਾਇਸ ਪੱਖਾ ਪੁੱਖਾ ਚਲਾ ਲਓ ਗਾਇਸ ਨਹੀਂ ਤਾਂ ਰਹਿਣ ਦੇ ਯਾਰ ਆ ਬੈਗ ਸਾਨੂੰ ਨਾਲ ਮਿਲਿਆ ਇਹਦੇ ਤੇ ਲੈਪਟਾਪ ਅਸੀਂ ਲੱਗਿਆ ਖੋਲਣਾ ਇਸ ਵਕਤ ਚਲੋ ਗਾਇਸ ਆ ਫੜੀ ਲਾਲੀ ਖੋਲੀਏ ਇਧਰ ਨੂੰ ਕਰ ਹਾਂ ਜੈਸਾ ਖੋਲੀਏ ਲਓ ਗਾਇਸ ਅੱਜ ਆਫਿਸ ਦੇ ਵਿੱਚ ਹੀ ਰਿਵਿਊ ਕਰਨ ਲੱਗੇ ਆ ਅਸੀਂ ਸੋ ਗਾਇਸ ਮੈਂ ਬਹੁਤ ਐਕਸਾਈਟਡ ਆ ਤੁਹਾਨੂੰ ਤਾਂ ਐਕਸਾਈਟਡ ਹੀ ਰਹਿਣਾ ਸਕਰੀਨ ਚੈੱਕ ਉੱਪਰ ਹਰੋ ਬੰਨਾ ਚਲ ਕੋਈ ਨਹੀਂ ਕੋਈ ਗੱਲ ਨਹੀਂ ਲਓ ਜੀ ਲੈਪਟਾਪ ਕਿਵੇਂ ਰੱਖਿਆ ਜੋ ਲੈਪਟਾਪ ਹਮੇਸ਼ਾ ਇਸ ਤਰ੍ਹਾਂ ਖੋਲਾਂ ਦੁਲੇ ਜਿਹੜੇ ਖੋਲਾਂਗੇ ਆਪਾਂ ਨੂੰ ਆਨ ਕਰਨ ਦੀ ਲੋੜ ਨਹੀਂ ਆਟੋਮੈਟਿਕਲੀ ਆਨ ਹੋ ਜਾਣਾ ਲਓ ਜੀ ਫਿੰਗਰਪ੍ਰਿੰਟ ਵੀ ਨਾਲ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਦੇਖੋ ਆਨ ਹੋ ਜੂ ਵੀ ਆਪਦੀ ਆਪ ਹੀ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਗਾਇਸ ਮੇਰੀ ਚੇਅਰ ਅੰਦਰ ਪਈ ਹੈ ਗਾਇਸ ਜੀ ਵੀ ਜਾ ਕੇ ਨੰਨੋ ਅੱਛਾ ਇਹ ਰੱਖਣ ਲਈ ਹੁੰਦੀ ਆ ਮਿੱਟੀ ਦਾ ਬਰਤਨ ਜੀ ਵੀ ਕਿਵੇਂ ਲੱਗਿਆ ਇੱਕ ਨੰਬਰ ਇਹ ਕਹਿੰਦਾ ਇੱਕ ਨੰਬਰ ਲੱਗਿਆ ਬਈ ਗਾਇਸ ਆਪਾਂ ਆਏ ਹੋ ਆਏ ਵੀ ਕਰ ਸਕਦੇ ਹਾਂ ਦੇਖੋ ਮੇਰੇ ਨਾਲ ਵੀ ਅੱਛਾ ਜੀ ਚਲੋ ਠੀਕ ਆ ਜੀ ਠੀਕ ਆ ਯੂ ਵੀ ਦੇਖੋ ਕਿੰਨਾ ਖੁਸ਼ ਆ ਗਾਇਸ ਆ ਦੇਖ ਲਓ ਯੂ ਸਤਿ ਸ਼੍ਰੀ ਅਕਾਲ ਜੀ ਮਾਸੀ ਕਹਿੰਦੇ ਸਾਰੇ ਕੋਈ ਗੱਲ ਨਹੀਂ ਖੋਲਿਆ ਸੀ ਫਿਰ ਵੀ ਯੂ ਵੀ ਤੁਹਾਨੂੰ ਦਿਖਾਊਗਾ ਦੇਖੋ ਬਹੁਤ ਸੋਹਣਾ ਨਾ ਇੱਥੋਂ ਹਮੇਸ਼ਾ ਵਿਚਾਲੇ ਖੋਲਣਾ ਇਹ ਇਹ ਚ ਸੈਂਸਰ ਵੀ ਹੈਗਾ ਆ ਦੇਖੋ ਫਿੰਗਰ ਸੈਂਸਰ ਵੀ ਹੈ ਇਹਨੂੰ ਬੰਦ ਇਹ ਨਹੀਂ ਆ ਦੇਖ ਆ ਦੇਖ ਅੱਛਾ ਹਾਂ ਦੁਬੀ ਕਾਰ ਯੂ ਵੀ ਤੇਰਾ ਨਹੀਂ ਬਤ ਗੁੱਠਾ ਐਡ ਨਹੀਂ ਕੀਤਾ ਹੈ ਦੇਖ ਤੇਰਾ ਐਡ ਨਹੀਂ ਕੀਤਾ ਤੇਰਾ ਐਡ ਨਹੀਂ ਕੀਤਾ ਤੇਰਾ ਮੈਂ ਕਰ ਦੂੰਗਾ ਬਾਅਦ ਚ ਕਿੰਨੇ ਟੀਵੀ ਆ ਭਾਈ 1 ਟੈਰਾਬਾਈਟ ਲਓ ਜੀ ਦੇਖ ਲਓ ਬੰਦ ਕਰਤਾ ਕਿ ਰੱਖੋ ਲਓ ਜੀ ਬਾਈ ਹੋਰੀ ਆਏ ਆ ਬਲਾਈਂਡਸ ਲਾਉਣ ਲੁਧਿਆਣੇ ਤੋਂ ਆਪਣੇ ਆਫਿਸ
ਭਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਭਾਈ ਜੀ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਇਨਸਾਨ ਆ ਇਹ ਸਾਨੂੰ ਆ ਦੇਖੋ ਦੋ ਬੁਰਸ਼ ਵੀ ਲਿਆ ਕੇ ਦਿੱਤੇ ਆ ਬਾਈ ਜੀ ਨੇ ਜਾ ਕੇ ਸਪੈਸ਼ਲ ਸੋ ਇਹ ਆਪਣੇ ਆਫਿਸ ਚਲਾਉਣਗੇ ਬਲਾਈਂਡਸ ਦੇਖੋ ਜੀ ਲਾਲੀ ਵੀਰਾ ਕਰੀ ਜਾਂਦਾ ਕੰਮ ਕਾਰ ਅਜੇ ਤੱਕ ਅੱਜ ਇਹਦਾ ਮੈਂ ਸਾਰਾ ਦਿਨ ਤੁਹਾਨੂੰ ਪਤਾ ਹੀ ਆ ਕਿੱਥੇ ਲੱਗ ਗਿਆ ਹਨਾ ਸਾਰਾ ਦਿਨ ਇਹਦਾ ਬਾਜ਼ਾਰ 'ਚ ਲੰਘ ਗਿਆ ਅੱਜ ਹੁਣ ਬਾਈ ਜੀ ਆ ਗਏ ਆ ਇੱਧਰਲੀ ਸਾਈਡ ਲੱਗਣੇ ਆ ਜਿਹੜਾ ਤੁਸੀਂ ਉਹ ਦੇਖ ਰਹੇ ਹੋ ਉਹ ਸਾਈਡ ਉਹ ਸ਼ੀਸ਼ੇ 'ਤੇ ਸਫਾਈ ਕਰਨ ਲਈ ਆ ਬੁਰਸ਼ ਬਹੁਤ ਵਧੀਆ ਇਹਦੇ ਵੀ ਸਕਰੈਚ ਨਾ ਪੈਣ ਵਾਸਤੇ ਇੰਨਾ ਹਨਾ ਲਓ ਜੀ ਇਹਦੇ ਨਾਲ ਆਪਣੇ ਆਫਿਸ ਦਾ ਕੰਮ ਹੋ ਜਾਣਾ ਕੰਪਲੀਟ ਕੰਪਲੀਟ ਹੋ ਚੱਲਿਆ ਜੀ ਬਸ ਹੁਣ ਆਹ ਦਰਾਜ ਰਹਿ ਗਏ ਉੱਧਰ ਕਰਤੀ ਸਫਾਈ ਹਾਂਜੀ ਲੈਬ 'ਚ ਲੈਬ ਤਾਂ ਲੈਬ ਜਿਹੜੀਆਂ ਚੇਅਰਸ ਲਿਆਉਂਦੀਆਂ ਸੀ ਅੱਜ ਰੱਖਤੀਆਂ ਇੱਕ ਚੇਅਰ ਮੇਰਾ ਅੰਦਰ ਜਿਹੜਾ ਇੱਕ ਟੇਬਲ ਲੱਗਣਾ ਉਹਦੇ ਲਈ ਆ ਉੱਧਰ ਰੱਖੀ ਪਈ ਆ ਨਾਲੇ ਫਿਰ ਆਪਣਾ ਰੈਡੀ ਹੋ ਗਿਆ ਸਟੂਡੀਓ ਦਾ ਕੰਮ ਹੋ ਚੁੱਕਿਆ ਆਪਾਂ ਅਕਸਰ ਹੀ ਘਰਾਂ 'ਚ ਜਿਵੇਂ ਸਫਾਈ ਕਰਦੇ ਆ ਵੀਰਾ ਆਪਣੇ ਬਲਾਈਂਡਸ ਲਾਉਣ ਆਏ ਲੁਧਿਆਣੇ ਤੋਂ ਬਹੁਤ ਵਧੀਆ ਇਹ ਦੱਸ ਰਹੇ ਆ ਨਹੀਂ ਨਹੀਂ ਸਪੈਸ਼ਲ ਇਹ ਬ੍ਰੈਸ਼ ਲੈ ਕੇ ਆਇਆ ਇੱਕ ਇਹਨਾਂ ਨੂੰ ਕਿਹਾ ਸੀਗਾ ਬਈ ਦੱਸ ਦੇ ਕਿਵੇਂ ਡਸਟਿੰਗ ਕਰ ਸਕਦੇ ਬਾਈ ਜੀ ਦੱਸਿਓ ਮਾੜੇ ਜੀ ਕਿੱਦਾਂ ਈਜ਼ੀ ਕੰਮ ਆ ਨਾ ਆਹ ਦੇਖੋ ਆਪਾਂ ਕੱਪੜਾ ਮਾਰਦੇ ਰਹਿੰਦੇ ਹਾਂ ਕਿੰਨਾ ਡਿਫੀਕਲਟ ਹੋ ਜਾਂਦਾ ਬਈ ਸਫਾਈ ਕਰਨੀ ਆਹ ਦੇਖੋ ਵੀਰੇ ਨੇ ਬੜੇ ਵਧੀਆ ਢੰਗ ਨਾਲ ਦੱਸਿਆ ਬਹੁਤ ਵਧੀਆ ਚੀਜ਼ ਆ ਨਾ ਜਿਵੇਂ ਉੱਪਰ ਹੋ ਗਿਆ ਆ ਫੈਨ ਵਗੈਰਾ ਦੀ ਸਫਾਈ ਕਰਨੀ ਆ ਇਹ ਬੁਰਸ਼ ਨਾਲ ਬਹੁਤ ਵਧੀਆ ਕਰ ਸਕਦੇ ਹਾਂ ਆਹ ਦੇਖੋ ਕੱਪੜਾ ਮਾਰਦਾ ਤਾਂ ਬੰਦਾ ਉਹੀ ਹੈ ਨਾ ਚਲੋ ਥੈਂਕ ਯੂ ਬਾਈ ਜੀ ਬਹੁਤ ਵਧੀਆ ਘੈਂਟ ਚੀਜ਼ ਆ ਇਹ ਅਸੀਂ ਲੈਬ 'ਚ ਹੀ ਰੱਖ ਦਾਂਗੇ ਇੱਧਰ ਇੱਧਰ ਹਾਂਜੀ ਹਾਂਜੀ ਜਿੱਥੇ ਵੀ ਹੈ ਨਾ ਡਸਟ ਮਿੰਟ 'ਚ ਨਿਕਲ ਜਾਂਦੀ ਚੀਜ਼ ਬਹੁਤ ਵਧੀਆ ਸਕਰੈਚ ਨਹੀਂ ਨਾਲੇ ਕੋਈ ਪੈਂਦਾ ਇਹਦੇ ਜਿਵੇਂ ਆਪਣੇ ਆਹ ਕੰਧਾਂ ਕੁੰਧਾਂ 'ਤੇ ਸਭ ਮਾਰ ਸਕਦੇ ਹਾਂ ਨਾ ਈਜ਼ਲੀ ਬਹੁਤ ਵਧੀਆ ਚੀਜ਼ ਆ ਜੀ ਚਲੋ ਲਾਲੀ ਘੈਂਟ ਦੀ ਗੱਲਬਾਤ ਹੈ ਜੀ ਰੱਖਤੀ ਚਾਬੀ ਠੀਕ ਆ ਉੱਪਰ ਹੀ ਟਿਕਾ ਦੇ ਇਹਨੂੰ ਹਨਾ ਇੱਥੋਂ ਹੀ ਸਾਫ਼ ਕਰ ਦਿਆ ਕਰਨਗੇ ਹਾਂ ਐਂ ਸਹੀ ਰਹਿਣਾ ਉੱਪਰ ਹੀ ਰੱਖ ਦਿਓ ਇੱਥੋਂ ਹੀ ਚੱਕ ਲਏ ਬੰਦਾ ਆ ਗਿਆ ਨਾ ਚਲੋ ਜੀ ਵਧੀਆ ਚੀਜ਼ ਆ ਗਈ ਇਹ ਆ ਦੇਖੋ ਜੀ ਸਾਰਾ ਆਪਣੇ ਬਲਾਈਂਡਸ ਲੱਗ ਗਿਆ ਇਹ ਵਿਜ਼ੀਬਿਲਟੀ ਦੀ ਲੱਗ ਲਾ ਲਈ ਵਿਜ਼ੀਬਿਲਟੀ ਚੇਂਜ ਕਰਕੇ ਦਿਖਾਈ ਬਹੁਤ ਸੋਹਣੇ ਕਲਰ ਦੇ ਆ ਨਾ ਆਹ ਦੇਖੋ ਹੁਣ ਅੰਦਰ ਬਿਲਕੁਲ ਕੁਛ ਨੀ ਦਿਖ ਰਿਹਾ ਹੁਣ ਲਾਲੀ ਦੇਖਦਾ ਆ ਇੱਥੇ ਵੀ ਕੁਛ ਨੀ ਖਾਸ ਦਿਖ ਰਿਹਾ ਹਨਾ ਹਾਂ ਇੱਥੇ ਪਤਾ ਲੱਗੂਗਾ ਵੀ ਕੋਈ ਬੈਠਾ 50% ਹੋ ਗਿਆ ਹੁਣ ਨਹੀਂ ਦਿਖ ਰਿਹਾ ਹਾਂ ਲਾਈਟ ਜੇ ਬੰਦ ਆ ਅੰਦਰ ਫਿਰ ਨਹੀਂ ਦਿਖੂਗਾ ਪੂਰਾ ਦਿਖ ਰਿਹਾ ਹੁਣ ਪੂਰੀ ਕਰੀ ਇੱਕ ਵਾਰੀ ਓਪਨ ਕਰੀ ਵਿਜ਼ੀਬਿਲਟੀ ਲਓ ਜੀ ਆ ਬਿਲਕੁਲ ਬੰਦ ਹੋ ਗਈ ਹੁਣ ਇੱਕ ਵਾਰੀ ਓਪਨ ਕਰ ਦੇ ਅੱਛਾ ਲਾਈਟ ਚਲਾਈ ਆ ਲਾਈਟ ਲਓ ਜੀ ਬਲਾਈਂਡਸ ਦੇਖੋ ਆਹ ਦੇਖੋ ਜੀ ਬਿਲਕੁਲ ਗੱਲਬਾਤ ਸੈੱਟ ਹੈ ਜੀ ਬਹੁਤ ਸੋਹਣੇ ਕਲਰ ਦੇ ਬਲਾਈਂਡਸ ਆ ਜੀ ਨੋਟਿਸ ਕਰਨੀ ਤੁਸੀਂ ਮੇਰੀ ਇੱਕ ਚੀਜ਼ ਦੱਸ ਦਿਓ ਵੀਰੇ ਦੱਸਿਓ ਹਾਂਜੀ ਇਹਨੂੰ ਜਦੋਂ ਆਪਾਂ ਪੂਰੀ ਡਾਊਨ ਕਰ ਲੈਂਦੇ ਆ ਨਾ ਹਾਂਜੀ ਆਪਾਂ ਖਿੱਚੀ ਜਾਏਂਗੇ ਖਿੱਚੀ ਜਾਵਾਂਗੇ ਇਹ ਅੱਗੋਂ ਨੇ ਕਿਹੜਾ ਲੱਗੀ ਉਹ ਦੇਖੋ ਉੱਪਰ ਦੇਖੋ ਅੱਛਾ ਠੀਕ ਹੈ ਨਾ ਹਾਂ ਇਦਾਂ ਨਹੀਂ ਇਹ ਗਲਤ ਆਪਰੇਸ਼ਨ ਹੈ ਇਹਨੂੰ ਪਿੱਛੇ ਲੈ ਕੇ ਜਾਓ ਹਾਂਜੀ ਇਹ ਪਿੱਛੇ ਚੜਾਉਣਾ ਓਕੇ ਸਮਝੇ ਤੁਸੀਂ ਇਹਦਾ ਪਰ ਦੁਕਾਨ ਦੇ ਸ਼ਟਰ ਕੱਟਦੇ ਆ ਸਮਝੇ ਬੈਂਕ ਤੋਂ ਚੜਦਾ ਉਧਰੋਂ ਫੋਲਡ ਕਰ ਦੇਣਾ ਕੋਸ਼ਿਸ਼ ਕਰੋ ਇਹਨੂੰ ਪੂਰੀ ਫੋਲਡ ਨਾ ਕਰੋ ਇੱਥੇ ਤੱਕ ਨਹੀਂ ਖੋਲਣੀ ਆਪਾਂ 4 ਇੰਚ ਚੱਕ ਕੇ ਬਣਾਈ ਸੀ ਠੀਕ ਹੈ ਜੀ ਇੰਨੀ ਕੀ ਓਪਨ ਕਰੋ ਠੀਕ ਹੈ ਅੱਛਾ ਬਸ ਇੱਕ ਹੀ ਐਡਜਸਟਮੈਂਟ ਰੱਖਣੀ ਆ ਬਾਹਰ ਇੱਕ ਇੱਕ ਕਰੀ ਇੱਥੇ ਆਪਣੋ ਚਾਹੀ ਇੱਥੇ ਵੀ ਕਰੋ ਅੰਦਰ ਕਰਿਓ ਕਿਉਂਕਿ ਹਾਂ ਹੁਣ ਬਾਹਰ ਬਿਲਕੁਲ ਦਿਖਦਾ ਸਹੀ ਆ ਇੱਥੇ ਦੇਖਿਓ ਆ ਦੇਖੋ ਬਾਹਰ ਹੁਣ ਦਿਖ ਰਿਹਾ ਜਦੋਂ ਤੁਸੀਂ ਦਿਨ ਦੇ ਵਿੱਚ ਨਾ ਬਾਹਰ ਤੋਂ ਕੋਈ ਠੀਕ ਹੈ ਜੀ ਤੁਸੀਂ ਵਿਜ਼ੀਬਿਲਟੀ ਕਰ ਲਈ ਆ ਹੁਣ ਬਿਲਕੁਲ ਬੰਦ ਹੋ ਗਈ ਵਿਜ਼ੀਬਿਲਟੀ ਬਾਹਰ ਲਾਈਟ ਵੀ ਆਨ ਕਰ ਲਈ ਨਾ ਅੰਦਰਲੀ ਹਾਂਜੀ ਹਾਂਜੀ ਤੁਸੀਂ ਅੰਦਰ ਦਿਖਣਾ ਹੋਣੀ ਅੱਛਾ ਫਿਰ ਤੁਸੀਂ ਬਾਹਰ ਦੇਖ ਸਕਦੇ ਕੌਣ ਤੁਰਿਆ ਫਿਰਦਾ ਠੀਕ ਹੈ ਜੀ ਵੀਰੇ ਤੁਸੀਂ ਸਾਨੂੰ ਇਹ ਦੱਸੋ ਵੀ ਇੱਕ ਤਾਂ ਜਿਵੇਂ ਆਪਾਂ ਆਫਿਸ ਚਲਾਉਣੇ ਆ ਹੋਰ ਕਿੱਥੇ ਕਿੱਥੇ ਲੱਗ ਜਾਂਦੀ ਆ
ਠੀਕ ਆ ਜੀ ਜਿਵੇਂ ਡਰਾਇੰਗ ਰੂਮ ਵਗੈਰਾ ਉੱਥੇ ਅਲੱਗ ਡਿਜ਼ਾਈਨ ਹੁੰਦੇ ਆ ਜੀ ਠੀਕ ਆ ਨਾ ਉਹ ਚ ਲੱਗ ਜਾਂਦਾ ਕੋਈ ਜਿਮ ਹੋ ਗਿਆ ਉਹਦੇ ਚ ਲੱਗ ਜਾਂਦਾ ਥੋੜਾ ਜਿਹਾ ਵੀਰੇ ਮੈਨੂੰ ਉਹ ਐ ਨਹੀਂ ਲੱਗ ਰਿਹਾ ਵੀ ਬੈਲੈਂਸ ਆਊਟ ਨਹੀਂ ਲੱਗ ਰਿਹਾ ਇੱਕ ਵਾਰੀ ਪ੍ਰੋਗਰੈਸ ਕਿਦਾਂ ਜੀ ਕਿ ਲਾਲੀ ਠੀਕ ਲੱਗ ਰਿਹਾ ਇਧਰ ਹੀ ਓਪਨ ਕਰਨ ਦੇ ਵਿੱਚ ਹੀ ਕੁਛ ठीक आ चलो जी ये लग गई आ गलबात पूरी घेंट हो गई ये अपन बाई ने ला के दी 9500 की ठीक है जी 220 हाँ 220 ਤੇ ਵਧੀਆ ਚੀਜ਼ ਆ ਚਲੋ ਕਲਰ ਵੀ ਸੋਹਣਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਉੱਪਰਲੇ ਲੈਵਲ ਦੀ ਗੱਲਬਾਤ ਆ ਹਾਂ ਉੱਪਰਲੇ ਲੈਵਲ ਦੀ ਹੈ ਨਾ ਬਾਕੀ ਸਸਤੀਆਂ ਵੀ ਲੋਕ ਲਾਈ ਜਾਂਦੇ ਹੋਣੇ ਆ ਜੀ ਸਸਤੀਆਂ ਵੀ ਲਾਈ ਜਾਂਦੇ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਪਰ ਇਹ ਚੀਜ਼ ਵਧੀਆ ਅਰੇ ਜਿੰਨਾ ਗੁੜ ਪਾਈਏ ਉਹਨਾਂ ਮਿੱਠਾ ਹੋਈ ਜਾਂਦਾ ਨਾ ਬਾਕੀ ਵੀਰਾ ਵਧੀਆ ਕੰਮ ਕਰਦਾ ਲਓ ਜੀ ਅੱਜ ਸਾਰਾ ਦਿਨ ਤੁਸੀਂ ਦੇਖਿਆ ਲੰਘਿਆ ਤੇ ਆਹ ਲੈਪਟਾਪ ਆਪਣਾ ਆ ਗਿਆ ਮੈਂ ਹੁਣੇ ਚੈੱਕ ਕਰਕੇ ਵੇਖਿਆ ਵਧੀਆ ਪਰਫਾਰਮੈਂਸ ਮੈਨੂੰ ਲੱਗੀ ਤੇ ਬਾਕੀ ਐਡੀਟਿੰਗ ਵਗੈਰਾ ਦਾ ਕੰਮ ਹਨਾ ਕੱਲ ਨੂੰ ਕਰਕੇ ਦੇਖਾਂਗੇ ਉਹਦੇ ਨਾਲ ਹੋਰ ਵੀ ਪਤਾ ਲੱਗ ਜੂ ਕਿਦਾਂ ਦੀ ਪਰਫਾਰਮੈਂਸ ਆ ਤੇ ਨਵਨੀਤ ਕੌਰ ਪੀਰੇ ਦੁੱਧ ਕਿਵੇਂ ਲੱਗਿਆ ਤੈਨੂੰ ਲੈਪਟਾਪ ਵਧੀਆ ਬਹੁਤ ਵਧੀਆ ਹਾਂ ਇਹਨੂੰ ਲੈਪਟਾਪ ਦਾ ਘੱਟ ਹੀ ਸ਼ੌਂਕ ਆ ਤੇ ਚਲੋ ਮੈਨੂੰ ਆਣਾ ਹੈਗਾ ਹੀ ਆ ਲੈਪਟਾਪ ਤਾਂ ਮੇਰੇ ਕੋਲੇ ਤਾਂ ਵੈਸੇ ਦੂਜਾ ਵੀ ਹੈਗਾ ਸੂਸ ਦਾ ਰਾਈਜ਼ਨ 9 ਇਹ ਮੇਨ ਅਸੀਂ ਇੱਕ ਐਡੀਟਿੰਗ ਲਈ ਲਿਆ ਲੈਪਟਾਪ ਕਿਉਂਕਿ ਫਿਰ ਉਹ ਮੇਰਾ ਸੈੱਟ ਨਹੀਂ ਆਉਂਦਾ ਸੀ ਮੁੰਡਾ ਆਪਣੇ ਨਾਲ ਜਿਹੜਾ ਐਡੀਟਿੰਗ ਦਾ ਕੰਮ ਕਰਦਾ ਨਾ ਉਹ ਤੇ ਉਦੋਂ ਫਿਰ ਇਹਦੀ ਲੋੜ ਸੀਗੀ ਸੋ ਪਹਿਲਾਂ ਅਸੀਂ ਪੀ ਸੀ ਦਾ ਸੋਚਦੇ ਸੀ ਸੋ ਪੀ ਸੀ ਦਾ ਤਾਂ ਨਹੀਂ ਕੀਤਾ ਗਾ ਅਤੇ ਕਿਉਂਕਿ ਪੀ ਸੀ ਦੇ ਨਾਲ ਇਹ ਹੁੰਦਾ ਕੰਪਿਊਟਰ ਦੇ ਨਾਲ ਕਿ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਾ ਔਖਾ ਹੋ ਜਾਂਦਾ ਜੇ ਲੋੜ ਪੈ ਜਾਏ ਤਾਂ ਬਾਕੀ ਇਹ ਵਧੀਆ ਲੱਗਿਆ ਸਾਨੂੰ ਪਰਫਾਰਮੈਂਸ ਵਗੈਰਾ ਘਰੇ ਵੀ ਲੈ ਜਾ ਕਰੂੰਗਾ ਜਦੋਂ ਕਦੇ ਆਪਾਂ ਮੰਨ ਲਾ ਨਹੀਂ ਚਲੇ ਜਾਂਦੇ ਕਿਤੇ ਜੇ ਲੋੜ ਪਵੇ ਤਾਂ ਚਲੋ ਬੰਦਾ ਕੈਰੀ ਕਰ ਸਕਦਾ ਕੋਈ ਵੀ ਚਾਹੇ ਮੈਨੂੰ ਲੋੜ ਆ ਜਾਏਗਾ ਹੈ ਨਾ ਉਹਨੂੰ ਜਿੱਦਾਂ ਵੀ ਤਾਂ ਉਹ ਈਜ਼ੀ ਰਹਿੰਦਾ ਸੋ ਪੀ ਸੀ ਤਾਂ ਜਿੱਥੇ ਰੱਖਦਾ ਫਿਰ ਉੱਥੇ ਹੀ ਰੱਖਣਾ ਪੈਣਾ ਹੈ ਨਾ ਜਿਵੇਂ ਆਉਂਦੇ ਹੁੰਦੇ ਸਾਰੇ ਵੀ ਪੀਪਾ ਜਿਹਾ ਚੱਕਣਾ ਔਖਾ ਹੋ ਜਾਣਾ ਉਹ ਨਹੀਂ ਚੱਕਿਆ ਜਾਣਾ ਗਾ ਤੇ ਚਲੋ ਜੀ ਵਧੀਆ ਹੋ ਗਿਆ ਬਲਾਈਂਡਸ ਵੀ ਤੁਹਾਨੂੰ ਦਿਖਾਈਆਂ ਉਹ ਦੱਸਿਓ ਕਿਵੇਂ ਲੱਗੀਆਂ ਆਫਿਸ ਦੇ ਵਿੱਚ ਹਨਾ ਉਹ ਵੀ ਵਧੀਆ ਚੀਜ਼ ਆ ਜਿਵੇਂ ਆਪਾਂ ਕਿਤੇ ਡਰਾਇੰਗ ਰੂਮ ਵਗੈਰਾ 'ਚ ਲਾਉਣੀ ਆ ਜਾਂ ਕਿਤੇ ਵੀ ਲਾਉਣੀ ਆ ਉਹ ਵਧੀਆ ਮਤਲਬ ਕਿ ਚੀਜ਼ ਹੈਗੀ ਆ ਜਿਵੇਂ ਤੁਹਾਨੂੰ ਬਾਹਰ ਵਿਊ ਦੇਖਣਾ ਚਾਹੁੰਦੇ ਆ ਤਾਂ ਉਹ ਚੀਜ਼ ਸਾਨੂੰ ਵਧੀਆ ਲੱਗੀ ਉਹ ਆਪਾਂ ਡਰਾਇੰਗ ਰੂਮ 'ਚ ਵੀ ਟਰਾਈ ਕਰ ਸਕਦੇ ਹਾਂ ਪਰ ਨਹੀਂ ਆਪਣੇ ਇੱਧਰ ਨਹੀਂ ਲੱਗਣਾ ਉਹ ਬਲਾਈਂਡਸ ਜਿਹੜੇ ਹੈਗੇ ਨਹੀਂ ਉਹ ਇੱਧਰ ਨਹੀਂ ਉੱਥੇ ਹੀ ਉਹ ਵਧੀਆ ਲੱਗਦਾ ਹਨਾ ਅਤੇ ਉਮੀਦ ਆ ਜੀ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਸੋ ਵਲੌਗ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਅਤੇ ਨਾਲ ਜਿਹਾ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਵਲੌਗ ਸੋ ਆਪਣੇ ਚੈਨਲ ਜਗਮੀਤ ਬਰਾੜ ਵੀਲੌਗਸ ਨੂੰ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਜੀ ਮਿਲਦੇ ਹਾਂ ਨੈਕਸਟ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ